ਹੈਲੋ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਅੱਜ ਇੱਕ ਨਵਾਂ ਡਿਜ਼ਾਇਨ ਲੈ ਕੇ ਆਏ, ਛੋਟੇ ਬੱਚਿਆਂ ਵਾਸਤੇ ਬਹੁਤ ਸੋਹਣਾ ਡਿਜ਼ਾਇਨ ਹੈ। ਤੁਹਾਨੂੰ ਅਜੇ ਇਹ ਡਿਜ਼ਾਇਨ ਬਣਾਉਣਾ ਦੱਸਾਂਗੇ, ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਕਮੈਂਟ ਕਰਕੇ ਦੱਸਿਓ ਵੀ ਡਿਜ਼ਾਇਨ ਕਿਸੇ ਨੂੰ ਬਣਾਉਣਾ। ਦੋ ਸਲਾਈਆਂ ਅਤੇ ਦੋ ਕੰਧਿਆਂ ਦੀ ਡਿਜ਼ਾਇਨ ਸਟਾਰਟ ਕਰਦੇ ਆਪਾਂ। ਇਹਦੇ ਵਾਸਤੇ ਆਪਾਂ ਨੇ ਫੰਦੇ ਪਾ ਲਏ, ਕੋਈ ਚੱਕਰ ਨਹੀਂ ਵੀ ਆਪਾਂ ਨੇ ਕਿੰਨੇ ਫੰਦੇ ਪਾਉਣੇ। ਇੱਕ ਸਿਲਾਈ ਆਪਾਂ ਨੇ ਪਾ ਲਈ, ਇੱਕ ਸਿਲਾਈ ਆਪਾਂ ਨੇ ਹੋਰ ਪਾਉਣੀ, ਦੋ ਸਿਲਾਈਆਂ ਪਾਵਾਂ ਕੁੱਟ ਸਿੱਧੀ। ਡਿਜ਼ਾਇਨ ਬਹੁਤ ਪਿਆਰਾ ਇਹ, ਇਹਦੇ ਵਿੱਚ ਨਾ ਤਾਂ ਬੜਾ ਵੱਡਾ ਸੁਰੱਖਾ ਜਿਹਾ ਰਹਿੰਦਾ ਅਤੇ ਨਾ ਹੀ ਇਹ ਗਲੀਆਂ ਜਿਹੀਆਂ ਰਹਿੰਦੀਆਂ ਇਹਦੇ ਵਿੱਚ। ਆਪਾਂ ਡਿਜ਼ਾਇਨ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਦੋ ਤਿੰਨ ਸਿਲਾਈਆਂ ਪਾਉਣੀਆਂ ਪੈਣੀਆਂ, ਸਿੱਧੇ ਪਾਸੇ ਨੀਚੇ ਬਾਰਡਰ ਤੋਂ ਗਾਹਾਂ ਫੁੱਟ ਸਿੱਧੀ ਪਾ ਕੇ ਗਲੇ ਪਿੱਛੇ ਤੱਕ ਕਰਕੇ ਦੋ ਹੋ ਗਿਆ। ਇਹਦੇ ਵਿੱਚ ਕਲਰ ਅਟੈਚ ਕਰਨਾ ਹੈ ਨਾ, ਦੋ ਬੰਦੇ ਪਾ ਲਏ। ਦੋ ਬੰਦੇ ਬਾਅਦ ਆਪਾਂ ਨੀਚੋਂ ਚੁੱਕਣੇ, ਦੋ ਸਿਲਾਈਆਂ ਨੀਚੇ ਤੋਂ, ਦੋ ਬੰਦੇ ਵੀ ਆਪਾਂ ਨੇ ਫੇਰ ਪਾ ਲਏ। ਇੱਕ ਸਿਲਾਈ, ਦੋ ਸਿਲਾਈ ਨੀਚੇ ਜਾਣੀ, ਇਹ ਤੱਕ ਥੋੜ੍ਹਾ ਜਿਹਾ ਲੂਜ ਰੱਖਣਾ। ਦੋ ਬੰਦੇ ਪਾ ਲਏ,
तो दो बंदे ओपन कर लो, ये सारी सिलाई इसी तरह बनी होगी। दो बंदे पा ले, दो तो बाद फिर इन नीचे रखना। तो हो गया, मैं डिजाइन ही उही लिखे ना जिहड़े दो सिलाइयों के बिच बन के तैयार हो जाए, क्योंकि जे आप हम 8-10 सिलाइयों का डिजाइन लेके आवेंगे फिर वो रिपीट करने के बिच पता नहीं लगता है भी जो लगी हुई है। हम जो दो सिलाइयों का डिजाइन है जे आप रिपीट करा, नहीं अपन दो सिलाई समझ आना आप बैक करके आप फिर समझ ले देंगे। ये जरा अपने फोका बुने से वो उतार लिया, दो मुंडे एक दो मुंडे ये अपने ला लिया, इसे हम ले जाएगा एक दो मुंडे इन ऊपर ला लेंगे, एक दो ला ले डिजाइन सिर्फ दो सिलाइयां दी है। हम ध्यान रखना अपने रंग बदलने, रंग लाया अपन जोड़ा अपने फोका रखे से इन्हू आप इस तरह पाने दोबारे फिर अपन चक लेना भेज देना बुने दोबारा फिर दसते तुम ना अपना फोका ला है इन भाई देना बना दोबारा फिर उपर सिलाई दे लिया हम अपन ये नहीं देना बन लिया एक बार फिर पहले अपन ये देना बन लिया
ठंडा पानी खा ले, അപ്പോൾ ഇതിനെ പോകുന്നു. ਬਹੁਤ ਸੋਹਣਾ ਡਿਜ਼ਾਇਨ ਲੱਗਦਾ ਇਹ ਜਿਹੜੀ ਬੇਬੀ ਕੋਟੀ ਹੈ ਥੱਲੇ ਪਈ ਹੈ, ਜਾਣੀ ਕਿ ਇਹਦੇ ਰੰਗ ਥੋੜ੍ਹੇ ਫਿੱਕੇ ਨੇ, ਆਪਾਂ ਇੱਕ ਰੰਗ ਫਿੱਕਾ ਅਤੇ ਇੱਕ ਰੰਗ ਆਪਾਂ ਥੋੜ੍ਹਾ ਜਿਹਾ ਡਾਰਕ ਥੋੜ੍ਹਾ ਲੈ ਸਕਦੇ ਹਾਂ, ਉਹਦੇ ਨਾਲ ਬੜਾ ਪਿਆਰਾ ਡਿਜ਼ਾਇਨ ਬਣਦਾ. ਸਿਲਾਈ ਆਪਾਂ ਨੇ ਪੂਰੀ ਕਰ ਲਈ, ਹੁਣ ਸਾਰੀ ਸਿਲਾਈ ਆਪਾਂ ਨੇ ਇਸੇ ਰੰਗ ਦੀ ਬਣਨੀ, ਗ੍ਰੀਨ ਹਰੇ ਰੰਗ ਦੀ. ਦੇਖੋ ਜੀ ਆਪਣਾ ਇਹ ਡਿਜ਼ਾਇਨ ਬਣ ਕੇ ਮੁਕੰਮਲ ਹੋ ਚੁੱਕੇ, ਬਹੁਤ ਸੋਹਣਾ ਡਿਜ਼ਾਇਨ ਲੱਗਦਾ. ਹੁਣ ਆਪਾਂ ਨੇ ਦੋ ਸਿਲਾਈ, ਇੱਕ ਸਿਲਾਈ ਪਾ ਲਈ ਆਪਾਂ ਨੇ ਹਰੀ, ਅਤੇ ਦੋ ਸਿਲਾਈਆਂ ਹੋਰ ਪੈਣੀਆਂ, ਇੱਕ ਸਿਲਾਈ ਇੱਧਰ ਦੀ ਪੈ ਜੂਗੀ, ਦੋ ਇੱਕ ਇੱਧਰ ਦੀ, ਪਾ ਕੇ ਤਿੰਨ, ਫਿਰ ਚੌਥੀ ਵਾਰ ਰੰਗ ਛੱਡ ਜਾਣਾ. ਇਹ ਬੱਟਾਂ ਨੇ ਤਿੰਨ ਸਿਲਾਈਆਂ ਪਾ ਲਓ ਆਪਾਂ, ਤਿੰਨ ਸਿਲਾਈਆਂ ਪਾ ਕੇ ਬਸ ਫਿਰ ਇਹ ਡਿਜ਼ਾਇਨ ਦੁਬਾਰਾ ਫੇਰ. ਬਹੁਤ ਸੋਹਣਾ ਡਿਜ਼ਾਇਨ ਦਾ ਬਣਾ ਕੇ ਦੇਖਿਓ ਇੱਕ ਵਾਰ. ਥੈਂਕ ਯੂ.